ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰ ਰੱਬ ਕੋ ਠੀਕ ਹੋਵੋਗੇ ਤੇ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਮਾਰਚ ਦਾ ਕਰੰਟ ਅਫੇਅਰ 1 ਮਾਰਚ ਦੇ ਕਰੰਟ ਅਫੇਅਰ ਇਸ ਤਰ੍ਹਾਂ ਆਪਾਂ ਡੇਲੀ ਕਰੰਟ ਅਫੇਅਰ ਕਰਿਆ ਕਰਾਂਗੇ ਇਸ ਤੋਂ ਬਾਅਦ ਜਿਹੜਾ ਹਫਤੇ ਕਰੰਟ ਅਫੇਅਰ ਹੋ ਜਾਏਗਾ ਉਸ ਤੋਂ ਬਾਅਦ ਇੱਕ ਦਿਨ ਆਪਾਂ ਟੈਸਟ ਰੱਖਿਆ ਕਰਾਂਗੇ ਹਫਤੇ ਦੇ ਕਰੰਟ ਅਫੇਅਰਾਂ ਦਾ ਠੀਕ ਹੈ ਜੀ ਇਹ ਕਰੰਟ ਅਫੇਅਰ ਆਪਣੇ ਤੁਹਾਨੂੰ ਪਿਛਲੇ ਸਾਲਾਂ ਜਿਹੜੇ ਕਰੰਟ ਅਫੇਅਰ ਕਰਵਾਏ ਹੋਏ ਉਹ ਤਾਂ ਆਪਣੇ ਵੀਡੀਓ ਦੇ ਵਿੱਚ ਹੀ ਪਏ ਠੀਕ ਹੈ ਜੀ ਬਾਕੀ ਤੁਹਾਨੂੰ ਨਹਿਰ ਤਹਿਸੀਲਦਾਰ ਵਾਸਤੇ ਜਿਹੜੇ ਪਿਛਲੇ ਕਰੰਟ ਅਫੇਅਰ ਵੀ ਜੇ ਇ ਇਹ ਸਾਰੀਆਂ ਪੋਸਟਾਂ ਵਾਸਤੇ ਆ ਚਾਹੇ ਕਿਸੇ ਬੱਚੇ ਨੇ ਅੰਗਣਵਾੜੀ ਦਾ ਪੇਪਰ ਦੇਣਾ ਚਾਹੇ ਪੰਜਾਬ ਪੋਰ ਸਬ ਇੰਸਪੈਕਟਰ ਦਾ ਦੇਣਾਗਾ ਚਾਹੇ ਨੈਪਸੀਲ ਦਾ ਦਾ ਦੇਣਾ ਕੋਈ ਵੀ ਪੇਪਰ ਦੇਣਾ ਪੰਜਾਬ ਦਾ ਐਫਸੀ ਦਾ ਦੇਣਾ ਸਾਰਿਆਂ ਵਾਸਤੇ ਕਰੰਟ ਅਫੇਅਰ ਇੰਪੋਰਟੈਂਟ ਹੈ ਤੁਹਾਨੂੰ ਪਤਾ ਹੋਣਾਗਾ ਪਿਛਲੀ ਵਾਰ ਜਿਹੜਾ ਪੰਜਾਬ ਪੁਲਿਸ ਦਾ ਪੇਪਰ ਆਇਆ ਸੀ ਉਹਦੇ ਵਿੱਚ ਜਮ੍ਹਾਂ ਸੇਮ ਟੂ ਸੇਮ ਕਰੰਟ ਅਫੇਅਰ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਦਾ ਜਿਹੜਾ ਚੈਨਲ ਸੀ ਉਹ ਆਪਣਾ ਜਨਰਲ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਰੰਟ ਅਫੇਅਰ ਆਏ ਸੀ ਉਹਦਾ ਫੋਟੋ ਵੀ ਮੈਂ ਪੋਸਟ ਕਰਕੇ ਤੁਹਾਨੂੰ ਦਿਖਾ ਚੁੱਕਿਆਗਾ ਠੀਕ ਹੈ ਜੀ ਤੇ ਕਰੰਟ ਅਫੇਅ ਵਧੀਆ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਇੰਨਾ ਵਿੱਚੋਂ ਕਰੰਟ ਅਫੇਅਰ ਮਿਲਣਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕਰੰਟ ਅਫੇਅਰ ਬਣਾਏ ਹੋਏ ਆ। ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਆਪਣਾ ਜਿੰਨਾ ਸਬਸਕ੍ਰਾਈਬ ਕਰ ਲਿਓ। ਦੂਸਰੀ ਗੱਲ ਜਿਹੜੇ ਬੱਚੇ افਸੀ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਆ ਠੀਕ ਹੈ ਜੀ افਸੀ ਦੇ ਬੈਚ ਵਿੱਚ ਤਾਂ افਸੀ ਦਾ ਬੈਚ ਆਪਣੀਆਂ ਜਿਹੜੀਆਂ ਕਲਾਸਾਂ ਉਹ ਐਪ ਤੇ ਲੱਗਦੀਆਂ ਜੀਆਂ। ਠੀਕ ਹੈ ਜੀ ਐਪ ਦਾ ਨਾਮ ਹੈਗਾ ਆਪਣਾ ਦੀਪ ਪੁੱਲਰ ਐਜੂਕੇਸ਼ਨ ਅਰ ਆਰ ਠੀਕ ਹੈ ਜੀ ਇਹ ਪਲੇ ਸਟੋਰ ਤੇ ਆਪਣੀ ਐਪ ਪਈ ਆ ਇੱਥੋਂ ਕੋਈ ਵੀ ਕੈਂਡੀਡੇਟ ਜਾ ਕੇ ਡਾਊਨਲੋਡ ਕਰ ਸਕਦਾ ਹੈਗਾ ਜੇ ਕਿਸੇ ਬੱਚੇ ਕੋਲੇ ਆਈਫੋਨ ਹੈ ਠੀਕ ਹੈ ਜੀ ਉਹ ਕਲਾਸ ਪਲੱਸ ਐਪ ਡਾਊਨਲੋਡ ਕਰ ਸਕਦਾ ਹੈਗਾ ਕਲਾਸ ਐਪ ਡਾਊਨਲੋਡ ਕਰਨ ਤੋਂ ਬਾਅਦ ਉੱਥੇ ਉਹ ਤੋਂ ਓ ਆਰ ਜੀ ਕੋਡ ਮੰਗਿਆ ਜਾਊਗਾ ਉਹ ਓ ਆਰ ਜੀ ਕੋਡ ਕਰਨਾ ਐਕਸ ਐਕਸ ਰੈਮ ਇਹ ਪੁੱਟ ਕਰਨਾ ਠੀਕ ਹੈ ਜੀ ਤੇ ਇਹ ਪ੍ਰੋਸੈਸ ਆ ਸਾਰਾ ਤੇ ਵੀਡੀਓ ਜਿਹੜੀ ਆਪਣੀ ਐਪ ਆ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਿਆ ਹੈ ਬਾਕੀ ਪੰਜਾਬ ਪੁਲਿਸ ਵਾਲੇ ਬੱਚਿਆਂ ਤੋਂ ਬਹੁਤ ਮੈਸੇਜ ਆ ਰਿਹਾ ਐਸਐਈ ਦਾ ਕਿ ਬਾਅਦ ਸ਼ੁਰੂ ਕਰੋ ਇੰਟੈਲੀਜੈਂਸ ਜਿਹੜੇ ਪੇਪਰ ਕੈਨਸਲ ਹੋਇਆ ਕੋਈ ਗੱਲ ਨਹੀਂ ਬੱਚੋ ਜਲਦੀ ਸ਼ੁਰੂ ਕਰਾਂਗੇ ਅੰਗਣਵਾੜੀ ਵਾਲਿਆਂ ਦੇ ਵੀ ਜਲਦੀ ਸ਼ੁਰੂ ਕਰਾਂਗੇ ਠੀਕ ਹੈ ਜੀ ਕਿਉਂਕਿ ਹੁਣ ਆਪਣੇ ਕੋਲੇ ਸਟਾਫ ਦੀ ਕੋਈ ਘਾਟ ਨਹੀਂ ਹੈਗੀ ਠੀਕ ਹੈ ਸਟਾਫ ਹੈਗਾ ਆਪਣੇ ਕੋਲੇ ਵਧੀਆ ਤੇ ਵਧੀਆ ਆਪਾਂ ਨੂੰ ਕੰਟੈਂਟ ਤਿਆਰ ਕਰਿਆ ਕਰਾਇਆ ਮਿਲ ਜਾਂਦੇ ਪੜਾਉਣਾ ਵੀ ਸੌਖਾ ਹੋ ਜਾਂਦਾ ਲੈਕਚਰ ਵੀ ਤੁਹਾਨੂੰ ਹੁਣ ਲਗਾਤਾਰੀ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਹੈ ਜੀ ਬਸ ਇੱਕ ਦੋ ਦਿਨ ਦੀ ਵਿੱਚ ਪ੍ਰੋਬਲਮ ਆਈ ਸੀ ਤੇ ਇਹ ਲੈਕਚਰ ਤੁਹਾਡੇ ਭਾਈ ਕਰੰਟ ਅਫੇਅਰ ਦੇਖੋ ਜੀ ਸਭ ਤੋਂ ਪਹਿਲਾ ਆਪਰੇਸ਼ਨ ਹੈਗਾ ਕਿ ਜਰੂਪ ਦੀ ਪਰਿਸ਼ਦ ਦੁਆਰਾ ਕਿਸ ਦੇਸ਼ ਦੀ ਮੈਂਬਰਤਾ ਨੂੰ ਖਤਮ ਕਰ ਦਿੱਤਾ ਗਿਆਗਾ ਵਿਚ ਕੰਟਰੀਜ਼ ਮੈਂਬਰਸ਼ਿਪ ਹੈਜ਼ ਬੀਨ ਸਸਪੈਂਡਡ ਬਾਏ ਦਾ ਕਾਉਂਸਲ ਆਫ ਯੂਰਪ ਯੂਰਪ ਦੀ ਕਾਉਂਸਲ ਜਿਹੜੀ ਯੂਰਪ ਦੀ ਕਾਉਂਸਲ ਹੈ ਹੀ ਉਹਨੇ ਜਿਹੜੀ ਮੈਂਬਰ ਸੀ ਇਹ ਦੇਸ ਉਹ ਮੈਂਬਰ ਨੂੰ ਸਸਪੈਂਡ ਕਰਤਾ ਨੇ ਆਪਦੀ ਮੈਂਬਰਸ਼ਿਪ ਦੇ ਵਿੱਚੋਂ ਠੀਕ ਹੈ ਜੀ ਯੂਰਪ ਨੇ ਕਿਹੜੇ ਦੇਸ਼ ਨੂੰ ਸਸਪੈਂਡ ਕਰਤਾ ਇਹਨਾਂ ਨੇ ਬੱਚੋ ਕੀਤਾਗਾ ਆਪਣੇ ਰਸ਼ੀਆ ਨੂੰ ਰਸ਼ੀਆ ਨੂੰ ਸਸਪੈਂਡ ਕੀਤਾ ਰਸ਼ੀਆ ਨੂੰ ਕਿਉਂ ਸਸਪੈਂਡ ਕੀਤਾ ਇਹਨੇ ਤਾਂ ਸਸਪੈਂਡ ਕੀਤਾ ਕਿਉਂਨੇ ਯੂਕਰੇਨ ਤੇ ਹਮਲਾ ਕੀਤਾਗਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਕੀ ਦਸ਼ੇਰੀ ਰਾਤਾਂ ਨਿੱਕੀ ਹੈ ਮਾਸਕੋ ਯੂਕਰੇਨ ਦੀ ਰਾਤਾਂ ਨਿੱਕੀ ਹੈ ਕੀਵ ਠੀਕ ਹੈ ਜੀ ਕੀਵ ਹੈ ਫਰਾਂਸ ਦੀ ਰਾਤਾਂ ਨਿੱਕੀ ਹੈ ਪੈਰਿਸ ਬਰਾਜ਼ੀਲ ਦੀ ਕੀ ਹੈ ਬਰਾਜ਼ੀਲ ਦੀ ਕੀ ਹੈ ਬ੍ਰਾਸੀਲੀਆ ਇਹ ਨਾਲ ਲਿਖਣਾ ਮਤਲਬ ਇਹ ਹੈ ਕਿ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਜੇ ਤੁਸੀਂ ਨਾਲ-ਨਾਲ ਜੋ ਹੁਣ ਪੀਡੀਐਫ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਨਾਲ ਇਹਨੂੰ ਤੁਸੀਂ ਇਥੇ ਯਾਦ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਸੌਖਾ ਹੋ ਜੂ ਤੁਹਾਡੇ ਵਾਸਤੇ ਇਹ ਚੀਜ਼ ਓਕੇ ਜੀ ਤਾਂ ਇਹ ਹੈਗਾ ਆਪਣਾ ਬੀ ਨੰਬਰ ਅਸਲ ਜਿਵੇਂ ਤੁਹਾਨੂੰ ਦੱਸਿਆ ਰੱਸ਼ੀਆ ਰੱਸ਼ੀਆ ਨੂੰ ਉਹਨਾਂ ਨੇ ਕਿਹੜੀ ਹੈ ਕਾਉਂਸਲ ਆਫ ਯੂਰਪ ਨੇ ਵਿੱਚੋਂ ਘੜਤਾ ਕਹਿੰਦੇ ਭਾਈ ਤੁਸੀਂ ਕੀ ਕਰਦੇ ਹੋ ਗਲਤ ਕੰਮ ਕਰਦੇ ਹੋ ਤੁਸੀਂ ਗਲਤ ਕੰਮ ਕੀਤਾ ਹਮਲਾ ਕਰਕੇ ਠੀਕ ਹੈ ਜੀ ਦੂਬਰ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਫੁੱਟਬਾਲ ਸੰਘ ਫੁੱਟਬਾਲ ਦੇ ਮੈਚ ਕੌਣ ਕਰਵਾਉਂਦੀ ਹੈ ਫੀਫਾ ਕੰਪਨੀ ਕਰਵਾਉਂਦੀ ਹੈ ਫੀਫਾ ਫੀਫਾ ਸੰਸਤਾ ਕਰਵਾਉਂਦੀ ਹੈ ਫੁੱਟਬਾਲ ਸੰਘ ਦੇ ਅਨੁਸਾਰ ਕਿਸ ਦੇਸ਼ ਨੇ ਰੂਸ ਦੇ ਖਿਲਾਫ ਸਾਰੇ ਅੰਤਰਰਾਸ਼ਟਰੀ ਫੁੱਟਬਾਲ ਮੈਚਾਂ ਦਾ ਬਾਈਕਾਟ ਕਰ ਦਿੱਤਾ ਇਹ ਕਹਿੰਦੇ ਭਈ ਅਸੀਂ ਕੋਈ ਵੀ ਫੁੱਟਬਾਲ ਮੈਚ ਰੂਸ ਦੇ ਖਲਾਫ ਨਹੀਂ ਖੇਡਾਂਗੇ ਉਸ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਠੀਕ ਹੈ ਅਕਾਉਂਟਿੰਗ ਟੂ ਦਾ ਫੁੱਟਬਾਲ ਐਸੋਸੀਏਸ਼ਨ ਵਿਚ ਕੰਟਰੀ ਹੈਜ਼ ਬਾਇਕਾਟਡ ਆਲ ਇੰਟਰਨੈਸ਼ਨਲ ਫੁੱਟਬਾਲ ਮੈਚਸ ਅਗੇਂਸਟ ਰਸ਼ੀਆ ਕਿਨੇ ਕੀਤਾ ਇਹ ਕੀਤਾ ਆਪਣੇ ਸਪੇਨ ਨੇ ਠੀਕ ਹੈ ਜੀ ਸਪੇਨ ਨੇ ਕੀਤਾਗਾ ਇਹ ਫੈਸਲਾ ਲਿਆ ਕਿ ਬਈ ਅਸੀਂ ਫੁੱਟਬਾਲ ਦਾ ਕੋਈ ਵੀ ਮੈਚ ਨਹੀਂ ਖੇਡਾਂਗੇ ਨਾਲ ਦੇ ਨਾਲ ਠੀਕ ਹੈ ਜੀ ਤੇ ਜਰਮਨੀ ਦੀ ਰਾਤਾ ਨਹੀਂ ਕੀ ਹੈ ਬਰਲਨ ਫਰਾਂਸ ਦੀ ਰਾਤਾ ਨਹੀਂ ਕੀ ਹੈ ਪੈਰਿਸ ਹੈ ਯੂਕੇ ਦੀ ਰਾਤਾ ਨਹੀਂ ਕੀ ਹੈ ਲੰਡਨ ਹੈ ਠੀਕ ਹੈ ਜੀ ਤੇ ਸਪੇਨ ਦੀ ਰਾਤਾ ਨਹੀਂ ਕੀ ਹੈ ਮੈਡਰਿਡ ਹੈ ਓਕੇ ਜੀ ਇਸ ਤੋਂ ਬੜਾ ਇੰਪੋਰਟੈਂਟ ਚੀਜ਼ਾਂ ਨਾਲ ਦੇਖ ਲਿਆ ਕਰੋ FIFA ਕਿਦੋਂ ਬਣਿਆ ਸੀ ਜਿਹੜੇ FIFA ਫੁੱਟਬਾਲ ਦੇ ਮੈਚ ਹੀ ਕਰਵਾਉਂਦਾ ਇਹ ਬਣਿਆ ਸੀ 1904 ਦੇ ਵਿੱਚ ਤੇ ਹੈੱਡ ਕੁਆਰਟਰ ਕਿੱਥੇ FIFA ਦਾ ਜ਼ੁਰੀਕ ਦੇ ਵਿੱਚ ਜ਼ੁਰੀਕ ਕਿੱਥੇ ਹੈ ਸਵਿਟਜ਼ਰਲੈਂਡ ਦੇ ਵਿੱਚ ਤੇ ਪ੍ਰੈਜ਼ੀਡੈਂਟ ਕੌਣ ਹੈ FIFA ਦਾ FIFA ਦਾ ਪ੍ਰੈਜ਼ੀਡੈਂਟ ਹੈਗਾ ਭਈ ਆਪਣਾ ਗਿਆਨੀ ਇਨਫੈਂਟੀਨੋ ਠੀਕ ਹੈ ਜੀ ਅਮੀਰ ਕਾ ਦਾ ਤੁਹਾਨੂੰ ਸਭ ਕੁਝ ਸਮਝ ਆ ਹੀ ਜਾਂਦਾ ਹੋਊਗਾ ਭਾਰਤ ਸਰਕਾਰ ਦੁਆਰਾ ਕਿਸ ਮਿਸ਼ਨ ਦੇ ਤਹਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾ ਰਹੀ ਹੈ ਅੰਡਰ ਵਿੱਚ ਮਿਸ਼ਨ GOI is rescue trapped ਇੰਡੀਆ ਇਨ ਯੂਕਰੇਨ ਯੂਕਰੇਨ ਦੇ ਵਿੱਚੋਂ ਤੇ ਰਸ਼ੀਆ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਰਸ਼ੀਆ ਦੇ ਵਿੱਚੋਂ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਕੱਢਣਾ ਕਿਉਂਕਿ ਰਸ਼ੀਆ ਤਾਂ ਹਮਲਾ ਕੀਤਾ ਯੂਕਰੇਨ ਤੇ ਠੀਕ ਹੈ ਪਰ ਜਿਹੜਾ ਯੂਕਰੇਨ ਆ ਉਥੋਂ ਭਾਰਤੀਗੋ ਜਿਹੜੇ ਬੱਚੇ ਤੇ ਮੈਡੀਕਲ ਦੀ ਸਟੱਡੀ ਕਰਨ ਗਏ ਸੀ ਕਿਉਂਕਿ ਉਹ ਮੈਡੀਕਲ ਦੀ ਸਟੱਡੀ ਸਸਤੀ ਸੀ ਇੱਥੇ ਆਪਣੇ 60-60 ਲੱਖ ਰੇਸ਼ਪਤ ਨਾਲ ਪ੍ਰਿਸ਼ਟਾ ਜਾਂਦਾ ਭਰਿਆ ਹੋਇਆ ਆਪਣੇ ਇੰਡੀਆ ਪਰ ਉਥੇ 20-25 ਲੱਖ ਦੇ ਵਿੱਚ ਅਗਲੇ ਦੀ ਕੀ ਹੋ ਜਾਂਦੀ ਸੀ ਡਾਕਟਰੀ ਪੜਾਈ ਹੋ ਜਾਂਦੀ ਸੀ ਉਹਦੇ ਵਾਸਤੇ ਗਈ ਸੀ ਕਹਿੰਦੇ ਜਿਹੜਾ ਉਹ ਆਪਰੇਸ਼ਨ ਚਲਾਇਆ ਉਹਨਾਂ ਨੇ ਉਹ ਆਪਰੇਸ਼ਨ ਕਿਹੜਾ ਚਲਾਇ ਆਪਰੇਸ਼ਨ ਗੰਗਾ ਚਲਾਇਆ ਇਹਨਾਂ ਨੇ ਠੀਕ ਹੈ ਜੀ ਭਾਰਤੀਆਂ ਨੂੰ ਯੂਕਰੇਨ ਦੇ ਵਿੱਚ ਕੱਢਣ ਵਾਸਤੇ ਕਿਹੜੇ ਜਹਾਜ਼ ਤੇ ਇਹ ਟੂ ਅਟਵਾਈ ਕਰ ਰਹੇ ਹੈ ਜਿਹੜੇ ਉਹ ਕੈਂਡੀਡੇਟ ਫਸੇ ਹੋਏ ਆ ਉਧਰ ਬੋਇੰਗ 787 ਹੈ ਜਿਹੜਾ ਜਹਾਜ਼ ਇਹ ਸਭ ਤੋਂ ਵੱਡਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਵਾਰੀਆਂ ਬਹਿ ਜਾਂਦੀਆਂ ਇਹ ਜਹਾਜ਼ ਨਾਲ ਉਧਰ ਯੂਕਰੇਨ ਦੇ ਵਿੱਚੋਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਹੈ ਇਹ ਪਿਟਿਸ਼ਨ ਵੀ ਪੇਪਰ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਕਿਹੜੇ ਜਹਾਜ਼ ਤੇ ਉਹ ਕਰ ਰਹੇ ਨੇ ਬਹੁਤ ਵਧੀਆ ਕਰਾਸਾ ਬੱਚਿਓ ਬਹੁਤ ਹਾਈ ਲੈਵਲ ਦੀਆਂ ਕਲਾਸਾਂ ਚੱਕਰਵਾਰਤ ਚੱਕਰਵਾਤ ਇਮਨਾਤੀ ਦੀ ਲਪੇਟ ਵਿੱਚ ਕਿਹੜਾ ਦੇਸ਼ ਆ ਗਿਆ ਹੈ ਵਿੱਚ ਕੰਟਰੀ ਹੈਜ਼ ਬੀਨ ਹਿੱਟ ਬਾਏ ਦਾ ਸਾਈਕਲੋਨ ਇਮਨਾਤੀ ਇਹਦਾ ਸਾਈਕਲੋਨ ਆ ਇਹ ਤੂਫਾਨ ਇੱਕ ਤਰ੍ਹਾਂ ਦਾ ਹਨੇਰੀ ਲਾ ਲਓ ਇੱਕ ਤਰ੍ਹਾਂ ਦਾ ਮਤਲਬ ਇਹਦਾ ਸਾਰਾ ਤਹਿਸਮਸ ਹੋ ਜਾਂਦਾ ਇਹਨਾਂ ਤੇਜ਼ ਹਵਾ ਨਾਲ ਤੂਫਾਨ ਆਉਂਦਾ ਹੈ ਠੀਕ ਹੈ ਬਸ ਇੱਕ ਪਹਚਾਲ ਦਾ ਰੂਪ ਹੀ ਸਮਝ ਲਓ ਇਹਨੂੰ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਦੇ ਵਿੱਚ ਆਇਆਗਾ ਤਾਂ ਇਹ ਆਇਆ ਭਈ ਆਪਣਾ ਡੀ ਨੰਬਰ ਆਪਸ਼ਨ ਦੇ ਵਿੱਚ ਮਾੜਾ ਗਾਸਕਰ ਠੀਕ ਹੈ ਜੀ ਮਾੜਾ ਗਾਸਕਰ ਦੇ ਵਿੱਚ ਆਇਆ ਇਹ ਚੱਕਰਵਾਤ ਤੇ ਮਾੜਾ ਗਾਸਕਰ ਦੀ ਰਾਤਾ ਨਹੀਂ ਕੀ ਹੈ ਅੰਟਾ ਨਾਨਾਰੀਬੋ ਠੀਕ ਹੈ ਜੀ ਤੇ ਸ਼੍ਰੀ ਲੰਕਾ ਦੀ ਰਾਜਧਾਨੀ ਕੀ ਹੈ ਕੋਲੰਬੋ ਵੀ ਹੈ ਤੇ ਸ਼੍ਰੀ ਜੈਵਰਦਨਾ ਪੂਰਾ ਕੋਟੇ ਵੀ ਹੈ ਠੀਕ ਹੈ ਦੋ ਰਾਜਧਾਨੀਆਂ ਗਈਆਂ ਸ਼੍ਰੀ ਲੰਕਾ ਦੀਆਂ ਮਿਆਂਮਾਰ ਦੀ ਰਾਜਧਾਨੀ ਕੀ ਹੈ ਨੈਪਿਡਾ ਠੀਕ ਹੈ ਜੀ ਇੰਡੋਨੇਸ਼ੀਆ ਦੀ ਰਾਜਧਾਨੀ ਕੀ ਹੈ ਜੇਕARTA ਇਹ ਇਹ ਨਾਲ ਯਾਦ ਕਰੀ ਚਲੋ ਰਾਜਧਾਨੀਆਂ 39 ਲਿਖਿਆ ਹੋਇਆ ਨਾਲ ਆਪਸ਼ਨਾਂ ਦੇ ਵਿੱਚ ਠੀਕ ਹੈ ਜੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਰਹੇ ਕਿਸੇ ਵੀ ਚੀਜ਼ ਕਰਕੇ ਕਿਸ ਮੰਿਸਟਰੀ ਨੇ ਭਾਸ਼ਾ ਸਰਟੀਫਿਕੇਟ ਸੈਲਫੀ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਵਿਚ ਜੂਨੀਅਰ ਮਿਨਿਸਟਰੀ ਲਾਂਚ ਦਾ ਭਾਸ਼ਾ ਸਰਟੀਫਿਕੇਟ ਸੈਲਫੀ ਕੈਂਪੇਨ ਕਿਨੇ ਚਲਾਈਆ ਇਹ ਇਹ ਚਲਾਈ ਜਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਠੀਕ ਹੈ ਜੀ ਭਾਸ਼ਾ ਨਾਲ ਸੰਬੰਧ ਤਾਂ ਉਹੀ ਆਊਗਾ ਕਿਸ ਮਿਨਿਸਟਰੀ ਨੇ ਭਾਸ਼ਾ ਸਰਟੀਫਿਕੇਟ ਸੈਲਫੀ ਆ ਚੀਜ਼ ਚਲਾਈ ਹੈ ਭਾਸ਼ਾ ਸਰਟੀਫਿਕੇਟ ਸੈਲਫੀ ਅਭਿਆਨ ਕਿਹੜੀ ਸੰਸਥਾ ਨੇ ਚਲਾਇਆਗਾ ਠੀਕ ਹੈ ਜੀ ਇਹ ਚਲਾਈ ਮਿਨਿਸਟਰੀ ਆਫ ਐਜੂਕੇਸ਼ਨ ਨੇ ਠੀਕ ਹੈ ਜੀ ਦੇਬੀ ਸਟੂਰਪ ਐਜੂਕੇਸ਼ਨ ਦੇ ਅਪਰ ਮਿਨਿਸਟਰ ਕੌਣ ਹੈਗਾ ਕਿਹਦੇ ਅੰਦਰ ਹੈ ਤਰਵਿੰਦਰ ਪ੍ਰਧਾਨ ਦੇ ਅੰਦਰ ਹੈ ਮਿਨਿਸਟਰੀ ਆਫ ਸਪੋਰਟਸ ਕਿਹਦੇ ਅੰਦਰ ਹੈ ਅਨੁਰਾਗ ਠਾਕਰ ਦੇ ਅੰਦਰ ਹੈ ਮਿਨਿਸਟਰੀ ਆਫ ਆਈ ਕਿਹਦੇ ਅੰਦਰ ਦਾ ਸਰਬਨੰਦਰ ਸੋਨਵਾਲ ਦੇ ਅੰਦਰ ਹੈ ਤੇ ਮਿਨਿਸਟਰੀ ਆਫ ਰੇਲਵੇ ਕਿਹਦੇ ਅੰਦਰ ਹੈ ਅਸ਼ਵਮਨੀ ਦੇ ਅੰਦਰ ਠੀਕ ਹੈ ਜੀ ਸੀਨੀਅਰ ਨੈਸ਼ਨਲ ਸਤਰੰਜ ਚੈਂਪੀਅਨਸ਼ਿਪ 2022 ਦੀ ਮੇਜਬਾਨੀ ਕਿਹੜਾ ਦੇਸ਼ ਕਰੇਗਾ ਵਿਚ ਸਿਟੀ ਇਸ ਟੂ ਹੋਸਟ ਸੀਨੀਅਰ ਨੈਸ਼ਨਲ ਚੈਸ ਚੈਂਪੀਅਨਸ਼ਿਪ 2022 ਕੌਣ ਹੋਸਟ ਕਰੂਗਾ ਇਹਨੂੰ ਦੱਸੋ ਜੀ ਤਾਂ ਇਹਨੂੰ ਹੋਸਟ ਕਰੂਗਾ ਆਪਣਾ ਡੀ ਕਰਪਾ ਠੀਕ ਹੈ ਤੇ ਪ੍ਰਸ਼ਨ ਬਸ ਡਾਇਰੈਕਟ ਹੀ ਯਾਦ ਕਰ ਲਿਆ ਕਰੋ ਜੇ ਜੁਕ ਐਕਸਟਰਾ ਚੀਜ਼ ਲਿਖਣੀ ਲੋੜ ਹੋਇਆ ਕਰੋ ਮੈਂ ਲਿਖ ਦਿਆ ਕਰੂੰਗਾ ਸੂਰਜ ਪੈਨਲ ਦੇ ਅਨੁਸਾਰ ਜਿਹੜੀ ਸੂਰਜ ਦੀ ਰੋਸ਼ਨੀ ਹੁੰਦੀ ਹੈ ਉਹ ਤੋਂ ਆਪਾਂ ਠੀਕ ਹੈ ਸੋਲਰ ਪੈਨਲ ਲਾ ਕੇ ਸੂਰਜ ਦੀ ਰੋਸ਼ਨੀ ਹੈ ਜਿਹੜੀ ਉਹ ਤੋਂ ਬਿਜਲੀ ਵੀ ਪ੍ਰਾਪਤ ਕਰਦੇ ਤੇ ਹੋਰ ਵੀ ਆਪਾਂ એનર્ਜੀ ਗੇਨ ਕਰਦੇ ਆ ਠੀਕ ਹੈ ਜੀ ਇਹ ਜਿਹੜੀ ਊਰਜਾ ਬਣਾਈ ਜਾਂਦੀ ਹੈ ਇਹਦੇ ਤੇ ਇਥੇ ਕਿਹੜੀ ਸਟੇਟ ਆਪਣੇ ਭਾਰਤ ਦੀ ਜਿਹਨੇ ਸਭ ਤੋਂ ਵੱਧ ਰੀਨਿਊਏਬਲ એનર્ਜੀ ਪੈਦਾ ਕੀਤੀ ਹੈ ਵਿਚ ਸਟੇਟ ਹੈਜ਼ ਬੀਕ ਆਫ ਦਾ ਟਾਪ ਇਨ ਓਵਰਆਲ ਇੰਸਟਾਲਡ ਰੀਨਿਊ ਏ ਨੰਬਰ অপਸ਼ਨ ਬਿਲਕੁਲ ਸਹੀ ਅਨਸਰ ਤਾਮਨਾਟੂ ਦੇ ਵਿੱਚ ਠੀਕ ਹੈ ਜੀ ਰਾਜ ਕੁਮਾਰਾ ਸਿੰਘ ਰੇਮਲੇ मिनिस्टर ਹੈ ਠੀਕ ਹੈ ਜੀ ਜਿਹਨੇ ਰਿਪੋਰਟ ਜਾਰੀ ਕੀਤੀ ਹੈ ਠੀਕ ਹੈ ਜੀ ਰੇਮਲੇ मिनिस्टर ਕਹੋਨਾ ਰਾਜ ਕੁਮਾਰਾ ਰੂਸ ਦੇ ਖਿਲਾਫ ਕਿਸ ਦੇਸ਼ ਨੇ ਇੱਕ ਟਾਸਕ ਫੋਰਸ ਬਣਾਈ ਹੈ ਵਿਚ ਕੰਟਰੀ ਹੈਜ਼ ਕੰਸਟੀਟਿਊਟ ਇਹ ਹਾਈ ਲੈਵਲ ਟਾਸਕ ਫੋਰਸ ਤੂੰ ਐਨਲਾਈਜ਼ ਦਾ ਇੰਪੈਕਟ ਆਫ ਸੈਂਕਸ਼ਨ ਅਗੇਂਸਟ ਰਸ਼ੀਆ ਕਿ ਜਿਹੜਾ ਰਸ਼ੀਆ ਨੇ ਹਮਲਾ ਕੀਤਾ ਤਾਂ ਉਹਦੇ ਵਿੱਚ ਕਿੰਨਾ ਨੁਕਸਾਨ ਹੋਇਆ ਸਾਰੇ ਕਾਸੀ ਰਿਪੋਰਟ ਵਾਸਤੇ ਇੱਕ ਕੀ ਬਣਾਈ ਹੈ ਕਮੇਟੀ ਬਣਾਈ ਹੈ ਇੱਕ ਟਾਸਕ ਫੋਰਸ ਬਣਾਈ ਹੈ ਇਹ ਟਾਸਕ ਫੋਰਸ ਕਿਹੜੀ ਸਟੇਟ ਨੇ ਬਣਾਈ ਹੈ ਜਾਂ ਕਿਹੜੇ ਕੰਟਰੀ ਨੇ ਬਣਾਈ ਹੈ ਤਾਂ ਇਹ ਬਣਾਈ ਹੈ ਆਪਣੇ ਇੰਡੀਆ ਨੇ ਵੈਰੀ ਵੈਰੀ ਇੰਪੋਰਟੈਂਟ ਟਾਸਕ ਫੋਰਸ ਰੂਸ ਦੇ ਖਿਲਾਫ ਕਿਹਨੇ ਬਣਾਈ ਹੈ ਇੰਡੀਆ ਨੇ ਠੀਕ ਹੈ ਜੀ ਹਾਲ ਹੀ ਦੇ ਵਿੱਚ ਭਾਰਤ ਨੇ ਕਿਸ ਦੇਸ਼ ਦੀ ਰਾਜਨੀਤਿਕ ਸਬੰਧਾਂ ਨੂੰ 75 ਸਾਲ ਹੋ ਗਏ ਰਾਜਨੀਤਿਕ ਸਬੰਧ ਸਿਆਪਸ ਦੇ ਵਿੱਚ ਆਪਣੇ ਕਿਹੜਾ ਦੇਸ਼ ਆਉ ਜਿਹਨਾਂ ਨੂੰ ਆਪਣੇ 75 ਸਾਲ ਹੋ ਗਏ ਤੇ ਰੀਸੈਂਟਲੀ ਇੰਡੀਆ ਹੈਜ਼ ਅਨਵੀਲਡ ਏ ਪੀਕਾਕ ਲੋਗੋ ਪੀਕਾਕ ਲਿਖਿਆ ਪੀਕਾਕ ਲੋਗੋ ਟੂ ਮਾਰਕ 75 ਇਅਰ ਆਫ ਡਿਪਲੋਮੈਟਿਕ ਰਿਲੇਸ਼ਨ ਵਿਦ ਦਾ ਵਿੱਚ ਕੰਟਰੀ ਕਿਹਨਾ ਹੋ ਗਏ ਬਾਈ ਆਪਣੇ ਇਹ ਅਰਜਨਟੀਨਾ ਨਾਲ ਇਜੀਪਟ ਬੈਲਜੀਅਮ ਕਿ ਡੀ ਨੰਬਰ অপਸ਼ਨ ਮਿਲ ਰਿਹਾ ਦਾ ਸੀ ਨਾਲ ਹੋ ਗਿਆ ਇਹਨਾਂ ਨੂੰ ਹਮ ਬੈਲਜੀਅਮ ਨਾਲ ਆਪਰ 75 ਸਾਲ ਹੋ ਗਏ ਰਾਜਨੀਤਿਕ ਸਬੰਧਾਂ ਨੂੰ ਬੈਲਜੀਅਮ ਦੀ ਰਾਜਧਾਨੀ ਕੀ ਹੈ ਬਰੂਸਲ ਹੈ ਇਜੀਪਟ ਦੇ ਕੀ ਹੈ ਕੈਰੋ ਹੈ ਲਵਲੈਂਡ ਦੀ ਕੀ ਹੈ ਬੇਰਟ ਹੈ ਤੇ ਅਰਜنٹੀਨਾ ਦੀ ਕੀ ਹੈ ਬੁਨੋਆਇਰਸ ਹੈ ਠੀਕ ਹੈ ਜੀ ਇਹ ਸਾਰਾ ਤੁਸੀਂ ਯਾਦ ਕਰ ਲਿਆ ਕਰੋ ਨਾਲ ਸੌਖਾ ਹੋ ਜਾਂਦਾ ਪੜ੍ਹਨਾ ਬੱਚੇ ਨੂੰ ਕਿਸ ਸੰਸਥਾ ਨੇ ਭਾਰਤ ਦੇ ਵਿੱਚ ਪੈਕਿੰਗ ਫੂਡ ਦੇ ਲਈ ਇੱਕ ਹੈਲਥ ਸੈਂਟਰ ਬਣਾਇਆ ਹੈ ਵਿਚ ਆਰਗੇਨਾਈਜੇਸ਼ਨ ਹੈਜ਼ ਲਾਂਚਡ ਹੈਲਥ ਸਟਾਰ ਰੇਟਿੰਗ ਸਿਸਟਮ ਫੋਰ ਪੈਕੇਜ ਫੂਡ ਇਨ ਇੰਡੀਆ ਜਿਹੜਾ ਆਪਣੇ ਪੈਕਿੰਗ ਹੁੰਦੀ ਹੈਗੀ ਤੁਸੀਂ ਦੇਖਿਆ ਹੋਊਗਾ ਤੁਸੀਂ ਦੁਕਾਨਾਂ 'ਤੇ ਜਾਂਦੇ ਹੋਗੇ 버ਗਰ ਵੀ ਪੈਕ ਹੋ ਕੇ ਹੁੰਦੇ ਆ ਪੀਜ਼ਾ ਪੂਜਾ ਜਾਂ ਹੋਰ ਵੀ ਬਹੁਤ ਸਾਰੇ ਖਾਣ ਵਾਲੀਆਂ ਚੀਜ਼ਾਂ ਜਿਵੇਂ ਮੈਗੀ ਹੋ ਗਿਆ ਜਾਂ ਹੋਰ ਵੀ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਪੈਕ ਹੋ ਕੇ ਆਉਂਦੀਆਂ ਠੀਕ ਹੈ ਉਹਨਾਂ ਵਾਸਤੇ ਕਿਹਨੇ ਉਹ ਸੈਂਟਰ ਬਣਾਇਆ ਜਿਹਦੇ ਵਿੱਚ ਇਹ ਚੀਜ਼ ਪਤਾ ਕਰਿਆ ਕਰੋਗੇ ਜਿਹੜੀ ਪੈਕਿੰਗ ਵਾਲੀ ਚੀਜ਼ ਹੈ ਕੋਈ ਜ਼ਿਆਦਾ ਖਤਰਨਾਕ ਤਾਂ ਨਹੀਂ ਸਿਹਤ ਵਾਸਤੇ ਆਪਣੇ ਠੀਕ ਹੈ ਜੀ ਤਾਂ ਇਹ ਜਿਹੜੀ ਕਮੇਟੀ ਬਣਾਈ ਹੈ ਜਾਂ ਹੈਲਥ ਸੈਂਟਰ ਬਣਾਇਆ ਕਿਹੜੀ ਕਿੰਨੇ ਨੇ ਬਣਾਇਆ ਇਹਨਾਂ ਦੇ ਵਿੱਚੋਂ ਚਾਰ ਆਪਸ਼ਨ ਇਹਨਾਂ ਦੇ ਵਿੱਚ ਆਪਸ਼ਨ ਨੰਬਰ ਏ ਹੈ ਜਿਹੜੀ ਠੀਕ ਹੈ ਫਸਾਈ ਤੁਸੀਂ ਦੇਖੋ ਕੋਈ ਵੀ ਚੀਜ਼ ਲੈਣ ਨੂੰ ਦਿੱਤੇ ਫਸਾਈ ਲਿਖਿਆ ਵੀ ਹੁੰਦਾ ਹੈਗਾ ਤਾਂ ਇਹ ਇੱਕ ਕੀ ਬਣਾਇਆ ਗਿਆ ਇੱਕ ਹੈਲਥ ਸੈਂਟਰ ਬਣਾਇਆ ਗਿਆ ਜਿਹੜਾ ਕਿ ਉਹ ਚੀਜ਼ਾਂ ਵਾ ਦੱਦਾਂ ਜਿਹੜੇ ਪੈਕਿੰਗ ਆਣੀਆਂ ਚੀਜ਼ਾਂ ਸਿੱਤ ਵਾਸਤੇ ਖਤਰਨਾਕ ਤਾਂ ਨਹੀਂ ਹੈਗੀਆਂ ਤੇ ਕੌਣ ਚੇਅਰਮੈਨ ਕੌਣ ਹੈ ਇਹ ਰੀਟਾ ਇਹਦਾ ਚੇਅਰਮੈਨ ਹੈਗੀ ਭਾਈ ਸਟੈਲਵਿਸ਼ ਕਿਦੋਂ ਬਣੀ ਸੀ ਇਹ ਸਬਸਕ੍ਰਾਈਬ ਕੰਪਨੀ ਕਦੋਂ ਬਣੀ ਸੀ ਫਸਾਈ ਕੰਪਨੀ ਬਣੀ ਸੀ 2011 ਦੇ ਵਿੱਚ ਹੈੱਡ ਕੁਆਟਰ ਕਿੱਥੇ ਹੈ ਦਾ ਨਿਊ ਦਿੱਲੀ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਅਗਲੇ ਪ੍ਰਸ਼ਨ ਤੇ ਆਪਾਂ ਕਹਿੰਦੇ ਰਾਸ਼ਟਰੀ ਵਿਗਿਆਨ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈਗਾ ਵੀ ਹੈਵ ਓਬਜ਼ਰਵ ਨੈਸ਼ਨਲ ਸਾਇੰਸ ਡੇ ਔਨ ਵਿਚ ਡੇਟ ਇਸ ਨੂੰ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਸਾਇੰਸ ਡੇ ਕਿਦੋਂ ਮਨਾਇਆ ਜਾਂਦਾ ਹੈਗਾ ਬਹੁਤ ਬਾਈ ਕਰਵਾ ਕੇ ਗਿਆ ਹੋਏਗਾ 28 ਫਰਵਰੀ ਨੂੰ ਮਨਾਇਆ ਜਾਂਦਾ ਹੈਗਾ ਸਾਇੰਸ ਡੇ ਇਹ ਕਿਹੜੀ ਯਾਦ ਵਿੱਚ ਮਨਾਇਆ ਜਾਂਦਾ ਜੀ ਇਹ ਮਨਾਇਆ ਜਾਂਦਾ ਆਪਣਾ ਡਾਕਟਰ ਸੀ ਵੀ ਰਵਨ ਸੀ ਵੀ ਰਵਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈਗਾ 1928 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਰਮਨ ਅਫੈਕਟ ਜਿਹੜੇ ਬੱਚਿਆਂ ਨੇ ਸਾਇੰਸ ਪੜ੍ਹੀ ਹੋਗੀ ਪਲਸ 2 ਦੇ ਵਿੱਚ ਜੇ ਪਲਸ 1 ਦੇ ਵਿੱਚ ਨਾਨ ਮੈਡੀਕਲ ਹੋਗਾ ਉਹਨੂੰ కెਮਿਸਟਰੀ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਹੋਣਗੀਆਂ ਰਾਮਨ ਐਫੈਕਟ ਵਗੈਰਾ ਇਸ ਤਰ੍ਹਾਂ ਨਾਲ ਠੀਕ ਹੈ ਜਿਹੜੇ ਰਾਮਨ ਪ੍ਰੋਜੈਕਟਸ ਫਿਜ਼ਿਕਸ ਦੇ ਵਿੱਚ ਫਿਜ਼ਿਕਸ ਦੇ ਵਿੱਚ కెਮਿਸਟਰੀ ਦੇ ਵਿੱਚ ਨਹੀਂ ਪ੍ਰੋਜੈਕਟਸ ਦੇ ਵਿੱਚ ਠੀਕ ਹੈ ਜੀ ਰਾਮਨ ਐਫੈਕਟ ਵਾਰ ਇਹਨਾਂ ਦਾ ਇਤਿਹਾਸ ਦੱਸਿਆ ਸੀ ਤਾਂ ਉਹਦੇ ਕਰਕੇ ਇਹਨਾਂ ਨੂੰ 1928 ਦੇ ਵਿੱਚ ਕੀ ਮਿਲਿਆ ਸੀ ਇਹ 1928 ਦੇ ਵਿੱਚ ਇਹਨਾਂ ਨੂੰ ਰਾਮਨ ਫੈਕਟਸ ਦਾ ਨਾਮ ਦਿੱਤਾ ਸੀ ਤੇ ਫਿਰ ਇਹਦੇ ਕਰਕੇ ਇਹਨਾਂ ਨੂੰ ਪ੍ਰੋਜੈਕਟਸ ਦੇ ਵਿੱਚ 1930 ਦੇ ਵਿੱਚ ਨੋਬਲ ਪੁਰਸਕਾਰ ਨਾਲ ਸਮਾਨਤਾ ਕੀਤਾ ਗਿਆ ਸੀ ਇਹ ਪਹਿਲਾ ਬੰਦਾ ਜਿਹਨੂੰ ਨੋਬਲ ਪ੍ਰੋਜੈ ਹੁਣੇ ਹੀ ਇਹ ਕਿਹਾ ਗਿਆ ਹੈ ਕਿ IIT ਨੇ ਹੁਣੇ ਹੀ ਕਿਸ IIT ਨੇ ਇਹ ਗੱਲ ਕਹੀ ਗਈ ਹੈ ਕਿ 22 ਜੂਨ ਦੇ ਆਸ-ਪਾਸ ਭਾਰਤ ਦੇ ਵਿੱਚ ਕੋਵਿਡ-19 ਦੀ ਚੌਥੀ ਲਹਿਰ ਆਉਣ ਅਤੇ ਇਹ ਲਹਿਰ 13 ਅਗਸਤ ਦੇ ਆਸ-ਪਾਸ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਠੀਕ ਹੈ ਜੀ 22 ਜੂਨ ਤੋਂ 13 ਅਗਸਤ ਦੇ ਵਿੱਚ ਵਿੱਚ ਕਹਿੰਦੇ ਇਹ ਕਿ ਆਜੂਗੀ ਕੋਵਿਡ-19 ਦੀ ਕਰੋਨਾ ਦੀ ਚੌਥੀ ਲਹਿਰ ਆਜੂਗੀ ਰੀਸੈਂਟਲੀ ਵਿੱਚ IIT ਪ੍ਰिडिक्टेड ਕੋਵਿਡ-19 4ਥ ਵੇਵ ਟੂ ਹਿਟ ਇੰਡੀਆ ਅਰਾਊਂਡ ਜੂਨ 22 ਐਂਡ ਰੀਚ ਇਟਸ ਪੀਕ ਅਰਾਊਂਡ ਅਗਸਟ 23 ਜਿਹੜੀ IIT ਨੇ ਕਿਹਾ ਇਹ ਈਕੇ ਆਈਆਈਟੀ ਕਾਨਪੁਰ ਨੇ ਠੀਕ ਹੈ ਜੀ ਆਈਆਈਟੀ ਕਾ ਮੈਂ ਜ਼ਿਆਦਾ ਸਮਾਂ ਨਹੀਂ ਬਰਬਾਦ ਕਰਦਾ ਤੁਹਾਡਾ ਕਿ ਮੈਂ ਤੁਹਾਨੂੰ ਪਹਿਲਾਂ ਚਾਰੇ ਆਪਸ਼ਨਾਂ ਬੋਲਾਂ ਹਨਾ ਚਾਰੇ ਆਪਸ਼ਨਾਂ ਬੋਲ ਕੇ ਫਿਰ ਤੁਹਾਨੂੰ ਮੈਂ ਅਨਸਰ ਦੱਸਾਂ ਤਾਂ ਆਪਸ਼ਨ ਤੁਸੀਂ ਆਪਦੇ ਆਪ ਵੀ ਵੀਡੀਓ ਰੋਕ ਕੇ ਦੇਖ ਰਹੇ ਹੋ ਕਹੋ ਕਿ ਜੇ ਤੁਹਾਨੂੰ ਪਤਾ ਨਹੀਂ ਹੈਗਾ ਪਹਿਲੀ ਵਾਰ ਤਾਂ ਵੀਡੀਓ ਫੁੱਲ ਦੇਖ ਲਿਆ ਕਰੋ ਠੀਕ ਹੈ ਇਸ ਦੂਬਾਰ ਇਹਦਾ ਪੀਡੀਐਫ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਪ੍ਰੋਵਾਈਡ ਕਰਵਾ ਦੂੰਗਾ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਜੇ ਕਿਸੇ ਬੱਚੇ ਨੇ ਵੈਸੀ ਵੀ ਟੈਲੀਗ੍ਰਾਮ ਚਲਾਉਂਦਾਗਾ ਤਾਂ ਉੱਥੇ ਤੁਸੀਂ ਸਰਤਰੀ ਆਪਸ਼ਨ ਦੇ ਵਿੱਚ ਫ੍ਰੀ ਪੰਜਾਬ ਐਗਜ਼ਾਮ ਸ ਠੀਕ ਹੈ ਜੇ ਕੋਈ ਕੈਡੀਟ ਨਵਾਗਾ ਉਹ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦਾਗਾ ਇੰਸਟਾਗ੍ਰam ਤੇ ਮੇਰੀ ਆਈਡੀ ਹੈਗੀ ਆ puller3518 ਠੀਕ ਹੈ ਜੀ ਇਸ ਤੋਂ ਬਾਅਦ ਅੱਗੇ who has won ਇਹਨਾਂ ਦੇ ਵਿੱਚੋਂ ਕਿਹਨੇ ਜਿੱਤਿਆ ਬੈਸਟ ਪਰਫਾਰਮੈਂਸ ਬਾਏ ਫੀਮੇਲ ਐਕਟਰ 28ਵਾਂ ਸੇਜ ਅਵਾਰਡ ਰੀਸੈਂਟਲੀ ਕਿਹਨੇ ਜਿੱਤਿਆ ਜੀ ਇਹ ਚਾਰ ਆਪਸ਼ਨ ਆ ਆਪਣੇ ਮੂਰੇ ਤਾਂ ਇਹ ਜਿੱਤਿਆ ਫਿਰ ਡੀ ਨੰਬਰ ਆਪਸ਼ਨ ਨੇ ਜੈਸਿਕਾ ਚੈਸਟਨ ਠੀਕ ਹੈ ਜੀ ਤੇ ਜਿਹੜਾ ਸੇਜ ਹੈ ਠੀਕ ਹੈ ਜੀ ਇਹਦੀ ਫੁੱਲ ਫਾਰਮ ਕੀ ਹੈ ਸਕਰੀਨ ਐਕਟਰ ਗਿਲਡ ਅਵਾਰਡ ਠੀਕ ਹੈ ਜਿਵੇਂ ਆਪਣਾ ਆਲਫਾ ਅਵਾਰਡ ਹੁੰਦੇ ਆ ਉਮ ਜਿਵੇਂ ਸੈਗ ਵੀ ਇੱਕ ਵੱਡੇ ਤੌਰ ਤੇ ਇੱਕ ਅਵਾਰਡ ਹੈਗਾ ਇਹਦੀ ਫੁੱਲ ਫਾਰਮ ਕੀ ਹੈ ਸਕਰੀਨ ਐਕਟਰ ਸਕਰੀਨ ਐਕਟਰ ਗਿਲਡ ਅਵਾਰਡ ਵੈਨ ਯੂ ਕਿੱਥੇ ਹੋਇਆਗਾ ਇਹ ਅਵਾਰਡ ਇਹ ਹੋਇਆ ਕੈਲੀਫੋਰਨੀਆ ਦੇ ਵਿੱਚ ਤੇ ਇਹ ਤਾਂ ਹੈਗੇ ਫੀਮੇਲ ਜਿਹਨੂੰ ਇਹ ਅਵਾਰਡ ਮਿਲਿਆਗਾ ਜੇ ਪੁੱਛ ਲੈਣ ਕਿ ਇਹ ਜਿਹੜਾ ਸੈਗ ਅਵਾਰਡ ਆ ਆਹ ਅਵਾਰਡ ਮੇਲ ਦੇ ਵਿੱਚ ਕਿਹਨੂੰ ਮਿਲਿਆ ਬੈਸਟ ਮੇਲ ਐਕਟਰ ਦੇ ਵਿੱਚ ਮਿਲਿਆ ਹੈ ਬਿਲ ਸﻤਿਥ ਨੂੰ ਜਿਹਨੇ ਕਿ ਕਿੰਗ ਰਿਚਰਡ ਮੂਵੀ ਮੜਾਈ ਸੀ ਰਿੰਗ ਕਿੰਗ ਰਿਚਡ ਮੂਵੀ ਵਾਸਤੇ ਨੂੰ ਅਵਾਰਡ ਮਿਲੇ ਆ। ਠੀਕ ਹੈ ਜੀ। SEBI SEBI ਦੀ ਨਵੀਂ ਮੇਲਾ ਚੇਅਰਮੈਨ ਕੌਣ ਹੈ? Who has been appointed the new chairman of SEBI? ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਹੋ ਜਾਂਦਾ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਕਿਸ ਤਰ੍ਹਾਂ ਹੋ ਜਾਂਦਾ? ਇਹ ਹੋਣ ਦਾ ਕਾਰਨ ਇਹ ਹੈ ਬੱਚਿਓ। ਇਹ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਇਹ SEBI ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਤੱਕ ਜਿੰਨੇ ਵੀ ਚੇਅਰਮੈਨ ਲੱਗੇ ਸਾਰੇ ਬੰਦੇ ਲੱਗੇ ਆ। ਠੀਕ ਹੈ ਮੈਨ ਲੱਗੇ ਆ ਪਰ ਪਹਿਲੀ ਵਾਰ ਇਹ ਮੇ ਹੋਇਆਗਾ ਕਿ ਇਹਦੇ ਵਿੱਚ ਜਿਹੜੇ ਐਤ ਕੀ ਚੇਅਰਮੈਨ ਲੱਗੇ ਹੋਏ ਇੱਕ ਔਰਤ ਹੈ ਤੇ ਉਹ ਔਰਤ ਦਾ ਨਾਮ ਕੀ ਹੈਗਾ ਆਪਣਾ ਸੀ ਨੰਬਰ ਆਪਸ਼ਨ ਉਹਦਾ ਨਾਮ ਮਧਵੀ ਪੂਰੀਵਚ ਠੀਕ ਹੈ ਜੀ ਤੇ ਸੇਬੀ ਬਾਰੇ ਗੱਲਾਂ ਕਰਾਂਗੇ ਆਪਾਂ ਇੱਕ ਤੋਂ ਇਹ ਕਿਹਦੀ ਜਗ੍ਹਾ ਤੇ ਆ ਗਈ ਇਹ ਅਜੇ ਤਿਆਗੀ ਤੇ ਆ ਗਈ ਪਹਿਲਾਂ ਅਜੇ ਤਿਆਗੀ ਹੁੰਦਾ ਸੀ ਸੇਬੀ ਦਾ ਵੈਰੀ 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 ਇੰਪੋਰਟੈਂਟ ਪ੍ਰਸ਼ਨ ਆਗਾ ਨੈਪਸੀਲ ਦਰਾਲੇ ਬੱਚੋ ਭੁੱਲ ਕੇ ਵੀ ਨਹੀਂ ਛੱਡਣਾ ਇਹ ਠੀਕ ਹੈ ਕਿਸੇ ਨੇ ਵੀ ਨਹੀਂ ਛੱਡਣਾ ਤਾਂ ਅਜੇ ਤੇ ਅੱਗੇ ਹੁੰਦਾ ਸੀ ਪਹਿਲਾਂ ਨਾਲੋਂ ਤੋਂ ਪਹਿਲਾਂ ਹੁਣ ਅਜੇ ਤੇ ਅੱਗੇ ਦੀ ਥਾਂ ਤੇ ਇਹ ਆਪਣੀ ਜਿਹੜੀ ਮਹਿਲਾ ਇਹ ਆ ਗਈ ਠੀਕ ਹੈ ਜੀ ਤੇ ਸੇਬੀ ਬਣਿਆ ਕਿਦੋਂ ਸੀ ਸੇਬੀ ਬਣਿਆ ਸੀ 1992 ਦੇ ਵਿੱਚ ਸਟੈਲਿਸ਼ ਹੋਇਆ ਸੀ ਤੇ ਸੇਬੀ ਦਾ ਹੈੱਡ ਕੁਆਟਰ ਕਿੱਥੇ ਹੈ ਮੁੰਬਈ ਦੇ ਵਿੱਚ ਇਹ ਸੇਬੀ ਦੀ ਪਹਿਲੀ ਮਹਿਲਾ ਹੈਗੀ ਜਿਹੜੀ ਸੇਬੀ ਦੀ ਪਹਿਲੀ ਮਹਿਲਾ ਬਣੀ ਹੈ ਠੀਕ ਹੈ ਜੀ ਤੇ ਸੇਬੀ ਦੀ ਫੁੱਲ ਫਾਰਮ ਕੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਗਰੇ ਪ੍ਰੈਸ਼ਨ ਤੇ ਆ ਗਏ ਆਪਾਂ ਲਾਸਟ ਪ੍ਰੈਸ਼ਨ ਆ ਆਪਣਾ ਇਹ ਕਦੇ ਚੰਦਰਸ਼ੇਖਰ ਆਜ਼ਾਦੀ ਕਿਹੜੀ ਅਨਿਵਰਸਰੀ ਇਸ ਸਾਲ ਮਨਾਈ ਗਈ ਹੈ ਚੰਦਰਸ਼ੇਖਰ ਆਜ਼ਾਦੀ ਦੇਖੋ ਹੂ ਹੈਵ ਅਬਜ਼ਰਵ ਵਿੱਚ ਡੈਥ ਅਨਿਵਰਸਰੀ ਆਫ ਦਾ ਚੰਦਰਸ਼ੇਖਰ ਯਾਦ ਮੈਂ ਬੰਦੇ ਦਾ ਬਹੁਤ ਵੱਡਾ ਫੈਨ ਆ ਇਹ ਬੰਦੇ ਨੇ ਕਿਹਾ ਸੀ ਕਿ ਮੈਂ ਸਾਰੀ ਉਮਰ ਅੰਗਰੇਜ਼ਾਂ ਨੂੰ ਆਦੀ ਮੋਛਰ ਹੱਥ ਨਹੀਂ ਲਾਉਣ ਦਿੰਦਾ ਜਿਉਂਦੇ ਜੀ ਤੇ ਜਦੋਂ ਉਹਨੂੰ ਘੇਰਾ ਪੈ ਗਿਆ ਸੀ ਠੀਕ ਹੈ ਜੀ ਤੇ ਉਹ ਟਾਈਮ ਦੇ ਵਿੱਚ ਬੋਰਡ ਦੇ ਉੱਤੇ ਬੈਠਾ ਸੀ ਜਿਹਦੇ ਕੋਲ ਪਿਸਤੌਲ ਸੀ ਪਿਸਤੌਲ ਦੇ ਵਿੱਚ 6 ਗੋਲੀਆਂ ਸੀ ਦੇ ਵਿੱਚ ਜਿਉਂ ਅੰਗਰੇਜ਼ਾਂ ਦਾ ਮੁਕਾਬਲਾ ਹੋ ਗਿਆ ਇਹਨਾਂ ਨਾਲ ਤੇ ਇਹਨੇ 5 ਗੋਲੀਆਂ ਮਾਰ ਦਿੱਤੀ ਅੰਗਰੇਜ਼ਾਂ ਦੇ ਮਤਲਬ ਉਹਨ ਇਨੂੰ ਆਏ ਸੀ ਕਿ ਅੰਗਰੇਜ਼ ਵੀ ਮੁੱਛ ਤੇ ਹੱਥ ਖਿਲਾ ਦੇਣ ਜਾਂਉਂਦੇ ਜੀ ਤਾਂ ਫਿਰ ਇਹ ਬੰਦੇ ਨੇ ਉਹ ਇੱਕ ਕੁੜੀ ਆਪ ਦੇ ਆਪ ਨੂੰ ਮਾਰ ਲਈ ਸੀ ਤੇ ਸ਼ਹੀਦ ਹੋ ਗਿਆ ਸੀ ਪਰ ਅੰਗਰੇਜ਼ਾਂ ਨੂੰ ਨੇ ਮੁੱਛ ਮੁੱਥ ਨਹੀਂ ਲਾਉਂ ਦਿੱਤਾ ਸੀ ਆਪ ਨੂੰ ਤੇ ਅਰ ਕਿ ਇਹਨਾਂ ਨੇ ਆਪਣੀ ਕੈਮੀ ਡੈਥ ਅਨਿਵਰਸਰੀ ਮਨਾਈ ਗਈ ਹੈ ਇਹਨਾਂ ਦੀ ਜਿਹੜੀ ਇਹ ਨੰਬਰ ਆਪਸ਼ਨ ਹੈ 91 ਅਨਿਵਰਸਰੀ ਹੈ ਜਿਹੜੀ ਉਹ ਮਨਾਈ ਗਈ ਹੈ ਚੰਦਰਸ਼ੇਖਰ ਅਜਾਦ ਜੀ ਦੀ ਠੀਕ ਹੈ ਜੀ ਚੰਦਰਸ਼ੇਖਰ ਜਿਆਦਾ ਬਾਰੇ ਬਹੁਤ ਇੰਪੋਰਟੈਂਟ ਗੱਲਾਂ ਦੇਖੋ ਮੜੀਆਂ ਜੇ 1 2 27 ਫਰਵਰੀ 1931 ਨੂੰ ਸ਼ਹੀਦ ਹੋਏ ਸਨ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਕਿਹੜੀ ਬਣਾਈ ਸੀ ਐਚ ਐਸ ਆ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਐਚਐਸਆਰਆਈ 1928 ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਦੁਆਰਾ ਬਣਾਈ ਗਈ ਸੀ 1928 ਦੇ ਵਿੱਚ ਸੈਮਨ ਕਮਿਸ਼ਨ ਆਇਆ ਸੀ ਤੇ ਉਦੋਂ ਹੀ ਲਾਲਾ ਲਾਜਪਤਰਾ ਸ਼ਹੀਦ ਹੋਏ ਸੀ ਠੀਕ ਹੈ ਜੀ ਆਹ ਪਏ ਚੰਦਰ ਸ਼ੇਖਰ ਆਜ਼ਾਦ ਆਪਣੇ ਠੀਕ ਹੈ ਬਹੁਤ ਵੱਡੇ ਸੂਰਮੇ ਸੀ ਇਹ ਅੱਜ ਦੇ ਟਾਈਮ ਦੇ ਵਿੱਚ ਨਾ ਮੈਂ ਕੱਲ ਨੋਟ ਕੀਤਾ ਆਪਾਂ ਕਲਾਕਾਰਾਂ ਦੇ ਨਚਾਰਾਂ ਦੇ ਫੈਨ ਹੋਏ ਪਏ ਆ ਠੀਕ ਹੈ ਨਚਾਰਾਂ ਦੇ ਫੈਨ ਆਪਾਂ ਜਿਹੜੇ ਟਾਈਪ ਦੇ ਵਿੱਚ ਜਿਹੜੇ ਜੋਧੇ ਆ ਉਹਨਾਂ ਤੋਂ ਆਪਾਂ ਪੁੱਲੇ ਬੈਠੇ ਆ ਮੂਸੇ ਵਾਲੇ ਮਗਰ ਭੱਜ ਲੰਦੇ ਲੋਕ ਬੱਬੂ ਮਾਨ ਮਗਰ ਭੱਜ ਲੰਦੇ ਆ ਵਿੱਚ ਹੋਣਗੇ ਵੀ ਜਿਹੜੇ ਫੈਨ ਹੋਣਗੇ ਫੈਨ ਹੋਣਾ ਮਾੜਾ ਨਹੀਂ ਹੈਗਾ ਠੀਕ ਹੈ ਫੈਨ ਇਹ ਨਰੇ ਬਣੋ ਜਿਨ੍ਹਾਂ ਨੇ ਆਪਣੇ ਵਾਸਤੇ ਕੁਝ ਕੀਤਾਗਾ ਜਿਨ੍ਹਾਂ ਨੇ ਆਪਣੀ ਖਤਰ ਜਾਨਾ ਦਿੱਤੀ ਹੈ ਹੁਣ ਮੈਂ ਤੁਹਾਨੂੰ ਪੜਾਉਣਾ ਹੈ ਠੀਕ ਹੈ ਤੁਸੀਂ ਮੇਰੇ ਫੈਨ ਬਣੀ ਜਾਓ ਠੀਕ ਹੈ ਹਾਂ ਚਲੋ ਆਪਾਂ ਕਿਸ ਨੂੰ ਪਸੰਦ ਕਰਦੇ ਆ ਉਹ ਗੱਲ ਮੇਨ ਹੈ ਪਰ ਫੈਨ ਜੇ ਆਪਾਂ ਬਣਨਾ ਆਪਾਂ ਫੈਨ ਬਣਾਂਗੇ ਨਾ ਦੇ ਠੀਕ ਹੈ ਜੀ ਚੰਦਰ ਸ਼ੇਖਰ ਦੇ ਯਾਦਗਾਰਾਂ ਜਿਹਨੇ ਪ੍ਰਵਾਹ ਨਹੀਂ ਕੀਤੀ ਆ ਦੀ ਜ਼ਿੰਦਗੀ ਦੀ ਚੰਦਰ ਸ਼ੇਖਰ ਆਜ਼ਾਦ ਜਿਹਨ ਅੰਗਰੇਜ਼ਾਂ ਨਾਲ ਰਲ ਕੇ ਨਾਲ ਜਿੰਦਗੀ ਬਹੁਤ ਸੁੱਖ ਢੰਗ ਨਾਲ ਵੀ ਕੱਟ ਸਕਦੇ ਸੀ ਇਹ ਜੀ ਚਾਹੁੰਦੇ ਤਾਂ ਪਰ ਸਮਝੌਤਾ ਨਹੀਂ ਕੀਤਾ ਇਹਨਾਂ ਨੇ 23 ਜੁਲਾਈ 1906 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਠੀਕ ਹੈ ਜੀ 23 ਜੁਲਾਈ 1906 ਦੇ ਵਿੱਚ ਇਹਨਾਂ ਦਾ ਕੀ ਹੋਇਆ ਸੀ ਜਨਮ ਹੋਇਆ ਸੀ ਤੇ 27 ਫਰਵਰੀ 1931 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਠੀਕ ਹੈ ਡੈਥ ਨਹੀਂ ਜਿਆ ਸਾਰੇ ਸ਼ਹੀਦ ਹੋ ਗਏ ਸੀ ਇਹ ਠੀਕ ਹੈ ਜੀ ਤੇ ਇਹਨੇ ਨਾ ਆਪਣੇ 15 ਸਾਲ ਹੋ ਗਏ 1 ਮਾਰਚ ਤੇ ਕੰਪਲੀਟ ਹੁੰਦੇ ਆ ਵੀਡੀਓ ਕਿਵੇਂ ਲੱਗੀ ਕਮੈਂਟਰ ਵਿੱਚ ਜਰੂਰ ਦੱਸਿਓ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇ ਬਾਦ ਤੇ ਰੋ ਪਾਈ